ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪਿੰਡੂ ਆਰਥਿਕਤਾ 'ਚ ਆਏ ਨਗਾਰ ਦੇ ਬਾਰੇ ਜਿਸ ਤਰ੍ਹਾਂ ਅਸੀਂ ਦੋ ਪੜਾਅ ਵੀ ਚਰਚਾ ਕਰ ਰਹੇ ਹਾਂ, ਇਹ ਦੂਜੇ ਪੜਾਅ ਦੀ ਚਰਚਾ ਦੇ 'ਚ ਮੈਂ ਜਿਹੜੇ ਸਾਡੇ ਮਹਿਮਾਨ ਠੀਕਸਾ ਸਾਹਿਬ, ਡਾਕਟਰ ਗਿਆਨ ਸਿੰਘ ਅਤੇ ਪੱਬੀ ਸਾਹਿਬ, ਤਿੰਨਾਂ ਨੂੰ ਮੁੜ ਜੀ ਆਇਆਂ ਆਖਦਾ। ਜਿਨ੍ਹਾਂ ਮੁੱਦਿਆਂ ਨੂੰ ਅਸੀਂ ਲੈ ਕੇ ਪਹਿਲੇ ਪੜਾਅ ਦੇ 'ਚ ਚਰਚਾ ਕੀਤੀ ਹੈ, ਉਹਨਾਂ ਮੁੱਦਿਆਂ ਨੂੰ ਅਸੀਂ ਜਾਰੀ ਰੱਖਦੇ ਹੋਏ ਮੈਂ ਦਰਸ਼ਕਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ। ਇੱਕ ਦੋ ਐਗਜ਼ਾਮਪਲਸ ਹੈਗੀਆਂ, ਜੇ ਆਪਾਂ ਗੱਲ ਕਰੀਏ ਉੱਤਰ ਪ੍ਰਦੇਸ਼ ਦੀ, ਤਾਂ ਉੱਥੇ ਇੱਕ ਹੈਕਟੇਅਰ ਜਿਹੜੀ ਕਣਕ ਜੇ ਉਹਦੇ 'ਚ ਬੀਜੀ ਗਈ ਹੈ, ਤਾਂ ਉਹਦੇ ਤੋਂ 10,758 ਰੁਪਏ ਪ੍ਰਤੀ ਮਹੀਨਾ ਜਿਹੜੀ ਕਿਸਾਨ ਨੂੰ ਆਮਦਨ ਹੁੰਦੀ ਹੈ, ਜਾਣੀ ਕਿ 1800 ਰੁਪਏ ਮਹੀਨਾ ਜਿਹੜੀ ਹੈਗੀ ਹੈ ਉਹਦੇ ਤੋਂ ਇੱਕ ਕਿਸਾਨ ਦੀ ਜਿਹੜੀ ਹੈਗੀ ਹੈ ਆਮਦਨ ਹੈ। ਜੇ ਆਪਾਂ ਗੱਲ ਕਰੀਏ ਤਾਂ ਇੱਕ ਜਿਹੜਾ ਕਾਲਜ 'ਚ ਪੜ੍ਹਨ ਵਾਲਾ ਵਿਦਿਆਰਥੀ ਹੈ, ਜੇ ਉਹ ਮੋਬਾਈਲ ਫੋਨ ਵੀ ਇਸਤੇਮਾਲ ਕਰਦਾ ਤਾਂ ਉਸਦਾ ਵੀ 1800 ਰੁਪਏ ਪ੍ਰਤੀ ਮਹੀਨਾ ਜਿਹੜਾ ਹੈਗਾ ਬਿੱਲ ਆ ਜਾਂਦਾ। ਪੰਜਾਬ ਜਿਹੜਾ ਕਿ ਅਸੀਂ ਕਹਿੰਦੇ ਹਾਂ ਕਿ ਕੰਪੈਰੇਟਿਵਲੀ ਖੁਸ਼ਹਾਲ ਸੂਬਾ, ਜੇ ਉਸਦੀ ਅਸੀਂ ਕਣਕ ਅਤੇ ਝੋਨਾ ਦੋਨਾਂ ਫਸਲਾਂ ਦੀ ਜਿਹੜੀ ਪ੍ਰਤੀ ਹੈਕਟੇਅਰ ਜਿਹੜੀ ਸਾਲ ਦੀ ਜਿਹੜੀ ਆਮਦਨ ਹੈ ਉਹਦਾ ਅਸੀਂ ਸਰਵੇਖਣ ਕਰਕੇ ਦੇਖੀਏ, ਤਾਂ ਉਹਦੇ ਮੁਤਾਬਕ ਜਿਹੜਾ ਹੈਗਾ 36,352 ਰੁਪਏ ਇੱਕ ਕਿਸਾਨ ਨੂੰ ਪ੍ਰਤੀ ਹੈਕਟੇਅਰ ਕਣਕ ਅਤੇ ਝੋਨੇ 'ਚੋਂ ਆਮਦਨ ਹੁੰਦੀ ਹੈ। ਜੇ ਅਸੀਂ ਪ੍ਰਤੀ ਜੀ ਉਹਦੀ ਮਹੀਨੇ ਦੀ ਗੱਲ ਕਰੀਏ ਤਾਂ 3,029 ਰੁਪਏ ਮਹੀਨਾ ਉਹਦੇ 'ਚੋਂ ਆਮਦਨ ਹੁੰਦੀ ਹੈ। ਇਹਨਾਂ ਪ੍ਰਸਥਿਤੀਆਂ 'ਚ ਡਾਕਟਰ ਸਾਹਿਬ, ਜਿੱਦਾਂ ਦੀ ਕਿਸਾਨੀ ਦਾ ਨਿਗਾਰ ਆਇਆ, ਆਪਾਂ ਗੱਲ ਕਰਦੇ ਹਾਂ ਚਾਹੇ ਯੂਪੀ ਦਾ ਕਿਸਾਨ ਹੈ ਚਾਹੇ ਪੰਜਾਬ ਦਾ ਕਿਸਾਨ ਹੈ, ਜਿੱਦਾਂ ਬਿਲਕੁਲ ਮਾਮੂਲੀ ਜੀ ਉਹਨਾਂ ਦੀ ਆਮਦਨ ਹੈ, ਗੁਜ਼ਾਰੇ ਲਾਇਕ ਵੀ ਨਹੀਂ ਹੈ, ਔਰ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਬੇਰੁਜ਼ਗਾਰੀ ਦੀ, ਬਹੁਤ ਵੱਡਾ ਬੇਰੁਜ਼ਗਾਰੀ ਦਾ ਭੂਤ ਵੀ ਹੈ, ਵਾਸਤਵਿਕ ਦੇ ਵਿੱਚ ਵੀ ਹੈ, ਕਿ ਇਹ ਸਾਰੇ ਸੰਘਰਸ਼ ਦੇ ਵਿੱਚ ਉਹਨਾਂ ਨੂੰ ਕੱਢਣ ਦੇ ਲਈ ਪੇਂਡੂ ਆਰਥਿਕਤਾ ਦੇ ਵਿੱਚ ਕੋਈ ਦਸਤਕਾਰੀ, ਕੋਈ ਹੋਰ ਇੱਦਾਂ ਦੇ ਬਦਲਵੇਂ ਜ਼ਰੂਰਤ ਨਹੀਂ ਹੈ? ਪਹਿਲੀ ਗੱਲ ਤਾਂ ਆਮਦਨ ਦੀ ਵਾਲੀ ਹੈ ਜੀ। ਆਮਦਨ ਦੇ ਦੋ ਕਨਸੈਪਟ ਹੁੰਦੇ, ਇੱਕ ਗਰੋਸ ਇਨਕਮ ਹੁੰਦੀ ਹੈ, ਇੱਕ ਨੈੱਟ ਇਨਕਮ ਹੁੰਦੀ ਹੈ ਜੀ। ਜਿਹੜੇ ਤੁਸੀਂ ਫਿਗਰ ਦਿੱਤੀਆਂ ਨੇ, ਮੈਨੂੰ ਲੱਗਦਾ ਕਿ ਗਰੋਸ ਇਨਕਮ ਦੀਆਂ ਨੇ ਜੀ ਜੀ। ਜੇ ਅਸੀਂ ਨੈੱਟ ਇਨਕਮ ਦੀ ਗੱਲ ਕਰਾਂਗੇ ਜੀ, ਜੇ ਸਾਰੀਆਂ ਲਾਗਤਾਂ ਘਟਾਉਣੀਆਂ ਹੁੰਦੀਆਂ ਨੇ ਤਾਂ ਇਹ ਆਮਦਨ ਇਹਦੇ ਅੱਗੇ ਮਨਫੀ ਸਹਿਣ ਲੱਗ ਜੀ, ਬਿਲਕੁਲ ਇਸ ਤੋਂ ਵੀ ਮਾੜੀ ਹਾਲਤ ਨਹੀਂ, ਮਨਫੀ ਲੱਗ ਜੂਗਾ, ਮਨਫੀ ਲੱਗ ਜੇਗਾ। ਪਰ ਜਿਹੜੀ ਇਹ ਆਮਦਨ ਹੈ ਇਹ ਤਾਂ ਜਿਹੜੀ ਉਹ ਲੇਬਰ ਮਾਰਕੀਟ 'ਚ ਨਹੀਂ ਵੇਚਦੇ, ਆਪਦੇ ਖੇਤ 'ਤੇ ਕਰਦੇ, ਉਹ ਲੇਬਰ ਦੇ ਵਿੱਚੋਂ ਘਟਾ ਕੇ ਮਿਲੇ ਹੋਏ ਪੈਸੇ ਨੇ ਜੀ ਜੀ ਜੀ, ਜਿਹੜਾ ਘਾਟਾ ਪਿਆ ਉਹ ਤੋਂ ਬਾਅਦ ਮਿਲੇ ਹੋਏ ਪੈਸੇ ਨੇ, ਬਿਲਕੁਲ। ਦੂਜਾ ਸਵਾਲ ਹੈ ਕਿ ਉਹਨਾਂ ਨੂੰ ਦਸਤਕਾਰੀ ਦੂਜਾ ਕੰਮ ਕੀਤਾ ਜਾਵੇ ਜੀ ਜੀ। ਜਿਹੜਾ ਅਸੀਂ ਇਕਨੋਮਿਕ ਮਾਡਲ 1991 ਦਾ ਅਪਣਾਇਆ, ਉਹ 'ਚ ਤਾਂ ਦਸਤਕਾਰੀ ਨੂੰ ਅਸੀਂ ਉਜਾੜ ਰਹੇ ਹੈਗੇ, ਅਤੇ ਜੇ ਕਰਨਾ ਚਾਹੁੰਦੇ ਹਾਂ ਤਾਂ ਐਗਰੋਵੇਸਟ ਇੰਡਸਟਰੀ ਹੈਗੀ, ਉਹਨੂੰ ਅਸੀਂ ਸ਼ਹਿਰਾਂ 'ਚੋਂ ਰੋਕ ਕੇ ਪਿੰਡਾਂ 'ਚ ਜਿਹੜੇ ਸਾਡੇ ਪ੍ਰੋਡਿਊਸਰ ਹੈ, ਫਾਰਮਰ ਹੈ, ਉਹਦੇ ਕੋਆਪਰੇਟਿਵਸ ਬਣਾ ਕੇ ਉੱਥੇ ਲਿਆ ਸਕਦੇ ਹਾਂ, ਨਾਲੇ ਤਾਂ ਵੈਲਿਊ ਐਡੀਸ਼ਨ ਦਾ ਫਾਇਦਾ ਹੋਊਗਾ, ਕੰਜ਼ਿਊਮਰ ਦਾ ਫਾਇਦਾ ਹੋਊਗਾ, ਨਾਲੇ ਇੰਪਲਾਇਮੈਂਟ ਮਿਲੂਗੀ, ਓਕੇ, ਉਹਦੇ ਨਾਲ ਕਲਿਆਣ ਹੋ ਸਕਦਾ, ਸੁਧਾਰ ਹੋ ਸਕਦਾ। ਟਿੰਡਰ ਸਾਹਿਬ, ਹੁਣ ਜਿਵੇਂ ਇਸ ਵੇਲੇ ਪੰਜਾਬ ਕੋਲ ਜਿਹੜਾ ਕੇਂਦਰ ਦੇ ਜਿਹੜੇ ਮੰਤਰਾਲਾ ਹੈ ਉਹ ਵੀ ਫੂਡ ਪ੍ਰੋਸੈਸਿੰਗ ਨਾਲ ਵੀ ਰਿਲੇਟਡ ਹੈ, ਜੇ ਆਪਾਂ ਪੰਜਾਬ ਦੇ ਕਿਸਾਨ ਦੀ ਵੀ ਗੱਲ ਕਰਦੇ ਹਾਂ ਤਾਂ ਬੜਾ ਉਦਮੀ ਹੈਗਾ, ਜੇ ਉਸ ਨੂੰ ਇਸ ਤਰ੍ਹਾਂ ਦੇ ਸਾਧਨ ਮੁਹੱਈਆ ਕੀਤੇ ਜਾਣ ਤਾਂ ਛੋਟੀ ਦਸਤਕਾਰੀ ਵੱਲ, ਛੋਟੇ ਛੋਟੇ ਕਾਰੋਬਾਰ ਵੱਲ ਵੀ ਲਾ ਸਕਦਾ। ਜਿੱਦਾਂ ਦੀ ਸਿਚੁਏਸ਼ਨ ਬਣੀ ਹੈ, ਇਹਦੇ 'ਚ ਲੱਗਦਾ ਨਹੀਂ ਕਿ ਪੰਜਾਬ ਦੀ ਕਿਸਾਨੀ ਨੂੰ ਖੇਤੀ 'ਚੋਂ ਥੋੜ੍ਹਾ ਕੱਢ ਕੇ ਹੋਰ ਸਹਾਇਕ ਧੰਦਿਆਂ ਨਾਲ ਜੋੜਿਆ ਜਾਏ? ਨਹੀਂ, ਇਹ ਤਾਂ ਹੁਣ ਦੇਖੋ ਜੋੜਨਾ ਹੀ ਪੈਣਾ ਤੁਹਾਨੂੰ, ਚਾਹੇ ਪੰਜਾਬ 'ਚ ਵੀ ਹੈ ਚਾਹੇ ਦੇਸ਼ ਵੀ ਹੈ, ਕਿਉਂਕਿ ਹੁਣ ਉਸ ਤੋਂ ਬਾਅਦ ਮੈਂ ਜਿਵੇਂ ਦੱਸਿਆ ਵੀ ਜ਼ਮੀਨ ਤਾਂ ਵੱਧ ਨਹੀਂ ਸਕਦੀ, ਉਹਦੇ 'ਚੋਂ ਲੋਕ ਆ ਰਹੇ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਧੰਦੇ ਵਿੱਚ ਪਾਉਣ ਦੀ ਜ਼ਰੂਰਤ ਹੈ ਜੀ ਜੀ। ਡਾਕਟਰ ਸਾਹਿਬ ਨੇ ਬਿਲਕੁਲ ਕਿਹਾ ਕਿ ਇੱਥੇ ਖਾਸ ਕਰਕੇ ਪੰਜਾਬ 'ਚ ਐਗਰੋ ਬੇਸਡ ਇੰਡਸਟਰੀ ਹੈ ਜਿਹੜੀ ਜੀ ਜੀ, ਉਹਦੇ 'ਚ ਉਹਨਾਂ ਨੂੰ ਪਾਉਣਾ ਚਾਹੀਦਾ, ਔਰ ਉਹਦੇ ਲਈ ਉਹਨਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ। ਵੈਸੇ ਤਾਂ ਹੁਣ ਬਾਲ ਸਾਹਿਬ ਨੂੰ ਉਹਦਾ ਚੇਅਰਮੈਨ ਵੀ ਇਹਨਾਂ ਨੇ ਬਣਾਇਆ, ਉਹਨਾਂ ਦਾ ਵੀ ਜ਼ੋਰ ਹੈ ਕਿ ਬੱਚਿਆਂ ਨੂੰ ਇਸ ਪਾਸੇ ਤੁਰਿਆ ਜਾਏ, ਕਿ ਉਹਨਾਂ ਨੂੰ ਟੈਕਨੀਕਲ ਕੋਈ ਦੇ ਕੇ ਸਿੱਖਿਆ ਦਿੱਤੀ ਜਾਵੇ ਅਤੇ ਉਹਨਾਂ ਨੂੰ ਦੂਸਰੇ ਰੁਜ਼ਗਾਰ ਵਿੱਚ ਪਾਇਆ ਜਾਏ, ਅਤੇ ਅੱਜ ਉਸੇ ਦੀ ਜ਼ਰੂਰਤ ਹੈ। ਅਗਰ ਤੁਸੀਂ ਕਿਸਾਨੀ ਨੂੰ ਵੀ ਬਚਾਉਣਾ ਤਾਂ ਉਹਦੇ ਬੱਚੇ ਨੇ ਜਿਹੜੇ ਉਹਨਾਂ ਨੂੰ ਦੂਸਰੇ ਪਾਸੇ ਜੋੜਨ ਦੀ ਜ਼ਰੂਰਤ ਹੈ। ਅੱਜ ਜਿਹੜੇ ਕਿਸਾਨ ਵੀ ਅੱਜ ਪਰਿਵਾਰ ਵੀ ਉੱਥੇ ਚੰਗੇ ਮਹਿਸੂਸ ਤੁਸੀਂ ਕਰ ਰਹੇ ਹੋ, ਉਹਦਾ ਜਾਂ ਤਾਂ ਕੋਈ ਮੁਲਾਜ਼ਮ ਹੈ ਘਰ ਦਾ, ਜਾਂ ਉਹਦਾ ਕੋਈ ਹੋਰ ਧੰਦਾ ਨਾਲ ਹੈ, ਅਦਰਵਾਈਜ਼ ਜੇ ਇਕੱਲੀ ਕਿਸਾਨੀ ਤਾਂ ਹੁਣ ਕੋਈ ਨਹੀਂ ਕਰ ਰਿਹਾ ਜੀ, ਅਤੇ ਉਹੀ ਚੰਗਾ ਖਾ ਪੀ ਰਹੇ ਨੇ ਘਰਾਂ 'ਚ ਜਿਹਦਾ ਕੋਈ ਹੋਰ ਸਾਧਨ ਵੀ ਨਾਲ ਹੈ, ਅਤੇ ਇਸ ਕਰਕੇ ਉਹਨਾਂ ਨੂੰ ਹੋਰ ਸਾਧਨ ਕ੍ਰੀਏਟ ਕਰਨੇ ਪੈਣਗੇ, ਤਾਂ ਹੀ ਇਹ ਵਿਚਾਰ ਹੈ ਸਰ ਪਿੰਡਾਂ 'ਚ ਥੋੜ੍ਹੀ ਬਹੁਤੀ ਖੁਸ਼ਹਾਲੀ ਆ ਸਕਦੀ। ਸਰ ਤੁਸੀਂ ਇਹਦੇ 'ਤੇ ਕੀ ਕਮੈਂਟ ਕਰਨਾ ਚਾਹੋਗੇ ਕਿ ਜੋ ਪੰਜਾਬ ਦੀ ਆਰਥਿਕਤਾ, ਪੇਂਡੂ ਆਰਥਿਕਤਾ ਦੀ ਆਪਾਂ ਗੱਲ ਕਰਦੇ ਹਾਂ, ਉਹਨੂੰ ਥੋੜ੍ਹਾ ਬਾਹਰ ਕੱਢ ਕੇ ਹੋਰ ਧੰਦਿਆਂ ਨਾਲ ਜੋੜਨਾ ਤਾਂ ਤੁਸੀਂ ਕਿਵੇਂ ਦੇਖਦੇ? ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਖਾਸ ਕਰਕੇ ਇਹਨੂੰ ਜਿਹੜਾ ਸਿੱਖਿਆ ਦੇ ਨਾਲ ਜੋੜਨਾ, ਈਵਨ ਜਿਹੜਾ ਮਿਡਲ ਕਲਾਸ, ਮਿਡਲ ਲੈਵਲ ਜਾਂ ਸੈਕੰਡਰੀ ਸਿੱਖਿਆ ਹੈ ਉਹਦੇ ਨਾਲ ਇਹਨੂੰ ਜੋੜਨਾ ਬੜਾ ਜ਼ਰੂਰੀ ਹੈ, ਤਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਸਕਿੱਲ ਬੇਸਡ ਜਿਹੜਾ ਟ੍ਰੇਨਿੰਗ ਵੀ ਮਿਲ ਸਕੇ ਜੀ ਜੀ। ਮੈਂ ਹੁਣ ਸਾਰਾ ਸਕਿੱਲ ਡਿਵੈਲਪਮੈਂਟ 'ਤੇ ਹੀ ਜ਼ੋਰ ਦਿੱਤਾ ਹੈ ਪ੍ਰਾਈਮ ਮਿਨਿਸਟਰ ਨੇ ਵੀ, ਇਸੇ ਕਰਕੇ ਉਹ ਸਕਿੱਲ ਡਿਵੈਲਪਮੈਂਟ ਜਿਹੜਾ ਬਣਾਈ ਹੈ ਚੀਫ ਮਿਨਿਸਟਰਾਂ ਦੀ ਕਮੇਟੀ, ਉਹਦਾ ਸੁਖਜਿੰਦਰ ਸਾਹਿਬ ਨੂੰ ਚੇਅਰਮੈਨ ਬਣਾਏ, ਇਹਨਾਂ ਦਾ ਵੀ ਜ਼ੋਰ ਹੈ ਹੁਣ ਪੰਜਾਬ 'ਚ ਕਿ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਸਾਰੇ ਖੋਲ੍ਹੇ ਜਾਣ ਤਾਂ ਕਿ ਬੱਚਿਆਂ ਨੂੰ ਉਸ ਪਾਸੇ ਤੋਂ ਰਹੇ। ਜਿਹੜਾ ਪੰਜਾਬ ਹੈ ਇਸ ਵੇਲੇ ਉਹ 31ਵੀਂ ਸਦੀ ਜਿਹੜੀ
आबादी है वो कोरी बिल्कुल अनपढ़ आबादी है, 31% तक कोई भी नहीं है और 23% तक ग्रेजुएट है जिस तो उपर है। इन्होंने परिस्थितियों लगता नहीं कि एजुकेशन अजे बहुत कुछ करने की लड़ है, बहुत ज़्यादा करने की लड़ है, पर एजुकेशन किस तरह देनी है किमें देनी है ये ज़्यादा इंपोर्टेंट है जी जी, क्योंकि जी गल इतों सरप्लस लेबर किसी पास होर लाने की गल करते हो जी जी, ये सहायक धंधियां वाल या दूजे वाल, मैं तो आपका एक व्यू पॉइंट देता कि एग्रोबेस्ड इंडस्ट्री होनी चाहिए है। जे असी कुल इंडस्ट्री की गल करिए इंपलायमेंट ग्रोथ रेट नीवा या नैगेटिव है। जे सेवावान के खेत्र की गल करिए पेंडू बच्चे जिहड़े 3% बी ए जां उस तो वध दी क्वालिफिकेशन ने जिहड़े इंग्लिश बोल भी नहीं सकते, सेवावान के खेत्रां च मंग चंगी इंग्लिश बोलने वाले की कंप्यूटर से महारत वाले की हैगी, इन्हों उ ना उधर मिलना ना उधर मिलना अज की घड़ी सानू तो इन्हों खेती ज एग्रोबेस इंडस्ट्री च लोड़ पैनी हैगी, उधरले पासे दौड़न दी जरूरत, उधर ना उधर गुंजाइश ही नहीं है। दूजे पासे जिहड़ा असीं मॉडल अपनाया है जिहड़ी इंडस्ट्री आ रही है वह कैपिटल इंटेंसिव आ रही है, उत्थे लेबर डिस्प्लेस हो रही है, जे कल्ले वादे करने दावे करने जिधर मर्जी करी चलिए। देखो बिल्कुल ठीक है कि हुण जिन्नी नवीं टेक्नोलॉजी नाल उत्थे तां लेबर हुण वड्डी इंडस्ट्री जिन्नी आ रही है उत्थे हुण बहुती लेबर दी उन्नी जरूरत नहीं हो, बल्कि जिवें डॉक्टर साहब ने कहा वो तो कढ़ रहे ने, इस करके हुण तां लोड़ है कि अपने धंधे किवें भी छोटे छोटे चाहे शुरू करन, सरकारां दा जोर देना चाहीदा है कि बच्चे अपने धंधे शुरू करन और उहनां नूं उस तरह की स्किल डिवेलपमेंट उहनां स्किल एजुकेशन उहदी दित्ती जावे, क्योंकि हुण नौकरी नौकरियां मैनूं नहीं लगता कि जिस तरह के हालात बन रहे बहुत ज़्यादा नौकरियां मिल सकनगियां, प्राइवेट सैक्टर च भी गवर्नमेंट कोल भी किन्नियां नौकरियां होंदियां, पर अज दी एजुकेशन च सुधार की जरूरत है। जे कहो भी हुण ग्रेजुएट की कोई आम बी ए कर जाए हुण तो कितने कोई क्लर्क रखण नूं भी तैयार नहीं होना, मेरा मतलब है उन्होंने उस एजुकेशन नूं चेंज करन की जरूरत है, एजुकेशन सिस्टम नूं चेंज करन की जरूरत है, आम एजुकेशन पुरानी वाली हुण ओह चलनी नहीं। सर जदों आपां गल करदे आं एजुकेशन सिस्टम नूं चेंज करन दी, इस वेले ग्राउंड रियलिटीज हैगियां, जे आपां स्कूलां दी गल करिए इस वेले सरकारी स्कूल है चाहे प्रायमरी स्कूल है चाहे सैकेंडरी स्कूल है उन्होंने ज़्यादातर जां दलितां दे बच्चे जां गरीबां दे बच्चे जिहड़े उही लोग जिहड़े हैगे पढ़दे आ, उत्थे सहूलतां दी बड़ी वड्डी पद्धर ते घाट है, लगता नहीं कि सानूं हेठली पद्धर दी बुनियाद जिहड़ी हैगी उहनूं मजबूत करन दी जदों साडी नीह इस तरहां दी हैगी है तो बच्चे अगे जाके किदां दी स्किल लैणगे। मैं कहना मैं आप कहा जी इहदे च सुधार दी इस करके भी जरूरत है, आ हुणी तुसीं अखबारां विच पढ़िया होणा कि टीचरां दे टेस्ट लए उहदे जॉब दे च फेल हो गए जी जी, टीचर ट्रेनिंग भी है ना, वह भी कोई ऐसी चाहीदी है जिहड़ी उह टीचर चंगे होणगे एजुकेशन प्रॉपर होना चाहिए, जिदा इन्होंने डॉक्टर साहब ने भी कहा कि जो इंडस्ट्री आ रही है तो फर्दर डिस्प्लेस कर सू चाहिए एग्रो बेस या जिदा टिंडर साहब ने कहा कि एंटरप्रेन्योरशिप कि इस तरह ट्रेनिंग दी जाए कि एग्रो के रिलेटेड कुछ अपना बिजनेस छोटा मोटा स्टार्ट कर सकन और उस तरह की स्पेशलाइज ट्रेनिंग उन्होंने देनी चाहिए उद्दे ही जोड़ा है फिर अगर जो फरदर स्कोप जो है बनता है। डॉक्टर साहब जो आप इदा की गल करते सिचुएशन कि भी बच्चों की एजुकेशन की गल ज उन्होंने जोड़ा नवी टेक्नोलॉजी तो सारा होर एक बेसिक जिते आ के सा हिंदुस्तान फसया जो सर्वे आया वो भी ये गल आई है कि काफ़ी वस्तों यहोजी है जिदे को एक कमरा है वो एक कमरे की भी छत जी है कच्ची हैगी है कि जरूरी कि जब तक उन्होंने इकोनमी जी है ये कि मुर्गी पहला अंडा पहला वाली गल है, जे असीं उन्हां दी आर्थिक हालत नहीं सुधारांगे तो अपने बच्चों नूं स्कूलों च किवें लैके जाणगे, उह तां पट्ठे ते मजदूरी कराएगा अपने बच्चे नूं, कंट्राडिक्शन नहीं हैगी। देखो भारत च 68% लोगों को मोबाइल ने उद उन्हां दी मजबूरी भी बना दिता गया, जे उन्हां दिहाड़ी लैणी है तां भी ठेकेदार उन्हां नूं मोबाइल ते बुलाउंदा हैगा जी जी, ते पर 67% लोग है जिन्हां कोल पखाने नहीं हैगे, ते जिहड़ी मैं 5,70,000 करोड़ रुपए वाली कारपोरेट सैक्टर नूं रायतों की गल की सी, सानू पैसा उत्थों लिआउणा पऊगा, फिर चाहे असी सैल्फ इंपलायमेंट की गल कर लिए चाहे इंपलायमेंट की गल कर लिए, जब तक असी इकनोमिक मॉडल दे विच तब्दीली नहीं लिआउंदे। हुण ग्रीस की एग्जाम्पल सारे सामने है, ग्रीस च जिहड़ा कुछ कहा है वह तो सारी कारपोरेट वर्ल्ड हिलिया है, तो जब तक तुसीं लोगों नूं नहीं दोगे तो लोग तुहाडे नाल नहीं रहने, उहदे चों बहुत सारिया आर्थिक समाजिक ते राजसी समस्या उभरदियां ने, उहनां तों बचण लई जरूरी है कि जिहड़े पिंडां वाले लोगों का जिन्ना बनता असीं उहनां नूं दईए ते एक संतुलित समाज की स्थापना करिए। ओके सर जब आप छोटे समाज की गल करते हैं जो दलित है ज गरीब वर्ग है जब डॉक्टर साहब ने भी इशू रेज किया है, ये ठीक है कि बाकी सारा इकोनॉमिक जो स्किल की गल हैगी पर यह भी नाल जुड़ी है
कि जब तक असी ये आर्थिक हालत नहीं सुधारांगे ये लोग दूजे पासे वालों मुड़नगे नहीं, मुड़े नहीं कट सकते। देखो हुण किन्नी कामयाबी मिलदी है, श्री नरेंद्र मोदी ने कुछ गल्लां शुरू ऐसियां कीतियां जिहड़ियां इस समाज नूं थोड़ा जिहा ठीक कर सकदियां। एक तो उन्होंने जिवें डॉक्टर साहब ने कहा पखाने नहीं हन, उन्होंने जोर दिता है कि सारे तुसीं कोई भी घर ऐसा नहीं होना चाहिए जिथे कोई टॉयलेट ना बने हो। नंबर दो उन्होंने कहा भी उन्होंने स्कीम चलाई है कि हर बंदे नूं 5000 तक बिना किसी गरंटी तो जो मर्जी जाके बैंक चो लोन ले सके ताकि वह थोड़ा बहुत आपका काम करे। कुछ इस तरह जिवें इंश्योरेंस स्कीम चलाई है ਕਿੰਨੀ ਕਾਮਯਾਬੀ ਹੈ ਤਾਂ ਹੁਣ ਦੱਸੂਗਾ। ਇੱਥੇ ਦੇਖਦੇ ਸਾਡੀ ਮਜ਼ਬੂਰੀ ਹੈ, ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਪੇਂਡੂ ਆਰਥਿਕਤਾ ਦੇ ਮੁੱਦੇ 'ਤੇ ਦੋ ਪੜਾਅ ਵੀ ਚਰਚਾ ਕਰ ਰਹੇ ਹਾਂ, ਦੋ ਪੜਾਅ ਵੀ ਚਰਚਾ ਅਸੀਂ ਜਾਰੀ ਰੱਖਾਂਗੇ ਇਸ ਬ੍ਰੇਕ ਤੋਂ ਬਾਅਦ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਭਾਬੀ ਜੀ, ਬ੍ਰੇਕ ਤੋਂ ਪਹਿਲਾਂ ਜਿਵੇਂ ਆਪਾਂ ਸਰਵੇਖਣ ਦੇ ਵੱਖ ਵੱਖ ਪਹਿਲੂਆਂ 'ਤੇ ਚਰਚਾ ਕਰ ਰਹੇ ਸੀ, ਉਹਦੇ 'ਚ ਇਹ ਵੀ ਇੰਪੋਰਟੈਂਟ ਆ ਕਿ ਜਾਤਾਂ ਦੇ ਆਧਾਰ 'ਤੇ ਸਾਰਾ ਜਿਹੜਾ ਹੈਗਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਸਭ ਤੋਂ ਵੱਡੀ ਚੀਜ਼ ਮੈਨੂੰ ਇਹ ਲੱਗ ਰਹੀ ਕਿ ਸਰਕਾਰ ਨੇ ਵੀ ਇਸ ਬਾਰੇ ਦੱਸਿਆ ਨਹੀਂ ਹੈ ਜੀ, ਇਹ ਆਧਾਰ ਦੇ ਬਾਰੇ ਕਿਉਂ ਉਹਨਾਂ ਨੇ ਖੁਲਾਸਾ ਨਹੀਂ ਕੀਤਾ। ਕੰਟਰੋਵਰਸੀ ਵੀ ਹੋਈ ਹੈ ਇਸ ਪੁਆਇੰਟ, ਕੰਟਰੋਵਰਸੀ ਵੀ ਹੈ ਔਰ ਬੜਾ ਜ਼ਰੂਰੀ ਹੈ ਕਿਉਂਕਿ ਸਾਡੀ ਇੰਡੀਅਨ ਪੋਲੀਟਿਕਸ ਚਾਹੇ ਕਿਸੇ ਨੂੰ ਚੰਗਾ ਲੱਗੇ ਜਾਂ ਨਾ ਲੱਗੇ ਜੀ ਜੀ ਇਹਦੇ 'ਤੇ ਆਧਾਰਿਤ ਹੈ। ਅਤੇ ਉਹ ਕਾਸਟ ਫੈਕਟਰ ਕਿਉਂ ਨਹੀਂ ਲੈ ਕੇ ਆਇਆ, ਉਹ ਡਾਟਾ ਬੜਾ ਜ਼ਰੂਰੀ ਹੈ ਔਰ ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਔਰ ਉਹਦੇ ਨਾਲ ਜਿਹੜੀ ਪਿਕਚਰ ਸਾਹਮਣੇ ਆਏਗੀ ਕਿ ਜ਼ਿਆਦਾ ਕਲੈਰਿਟੀ ਆਏਗੀ ਉਹਦੇ ਨਾਲ। ਓਕੇ ਡਾਕਟਰ ਸਾਹਿਬ, ਇਸ ਮੁੱਦੇ 'ਤੇ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਇਹ ਜਿਹੜਾ ਜਾਤਾਂ ਵਾਲਾ ਐਨਾਲਿਸਿਸ ਆ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਕਿਹੜੀਆਂ ਜਾਤਾਂ ਨੂੰ 1970 ਤੋਂ ਲੈ ਕੇ ਅਸੀਂ ਘੱਟ ਦਿੱਤਾ ਹੈ, ਕਿਹਨਾਂ ਨੂੰ ਵੱਧ ਮਿਲਿਆ ਅਤੇ ਉਹਨਾਂ ਦੀ ਭਲਾਈ ਲਈ ਕੁਛ ਹੋਰ ਉਪਰਾਲੇ ਕੀਤੇ ਜਾਣ। ਜ਼ਰੂਰੀ ਹੈ ਜਾਤਾਂ ਵਾਲਾ ਡਾਟਾ ਆਉਣਾ ਚਾਹੀਦਾ ਹੈ। ਬਿਲਕੁਲ, ਜਿੱਦਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਬੇਸਿਕ ਸਹੂਲਤਾਂ ਦੀ ਆਪਾਂ ਗੱਲ ਕਰਦੇ ਸੀ, ਮਿਲਣੀਆਂ ਚਾਹੀਦੀਆਂ, ਉਹਦੇ 'ਚ ਇੱਕ ਬੜਾ ਅਹਿਮ ਪਹਿਲੂ ਆ ਉਹ ਹੈ ਪੀਣ ਵਾਲਾ ਪਾਣੀ। ਜਿੱਦਾਂ ਦੀ ਪੰਜਾਬ ਦੀ ਹਾਲਤ ਬਣੀ ਵੀ ਹੈ, ਧਰਤੀ ਹੇਠਲਾ ਪਾਣੀ ਵੀ ਮਾੜਾ ਹੈ, ਕਈ ਬਹੁਤ ਸਾਰੇ ਬਲਾਕ ਜਿਹੜੇ ਹੈਗੇ ਡਰਾਈ ਹੁੰਦੇ ਜਾ ਰਹੇ ਹੈ, ਲੱਗਦਾ ਨਹੀਂ ਕਿ ਇਹ ਜਿਹੜੀ ਬਹੁਤ ਵੱਡੀ ਚੁਣੌਤੀ ਹੈ ਇਹਨੂੰ ਪਿੰਡਾਂ ਦੇ 'ਚ ਕਿਵੇਂ ਪੂਰਾ ਕਰਾਂਗੇ ਆਪਾਂ? ਦੇਖੋ, ਸਭ ਤੋਂ ਵੱਡੀ ਚੁਣੌਤੀ ਤਾਂ ਹੁਣ ਅੱਜ ਕੱਲ੍ਹ ਪਾਣੀ ਦੀ ਹੈ ਜੀ। ਪਾਣੀ ਦਾ ਇਹ ਹੈ ਕਿ ਤੁਸੀਂ ਕਹਿੰਦੇ ਆਪਾਂ ਕਿਸਾਨੀ ਕਿਉਂ ਘੱਟੇ ਜਾ ਰਹੀ ਹੈ, ਜੇ ਹਰ ਸਾਲ ਹੇਠਾਂ ਪਾਣੀ ਚਲੇ ਜਾਂਦਾ, ਅਗਰ ਉਹ ਟਿਊਬਵੈੱਲ ਦੁਬਾਰਾ ਲਾਉਂਦਾ ਤਾਂ ਉਹਨੂੰ 2-3 ਲੱਖ ਰੁਪਈਆ ਕਿਸਾਨ ਨੂੰ ਹੁੰਦਾ, ਜਿਹੜਾ ਹਰੇਕ ਕੋਲ ਹੈ ਹੀ ਨਹੀਂ ਜੀ। ਜਿਹੜਾ ਛੋਟਾ ਕਿਸਾਨ ਹੈ 2-4 ਏਕੜ ਵਾਲਾ, ਉਹ ਕਿੱਥੋਂ 3 ਲੱਖ ਲਿਆ ਕੇ ਟਿਊਬਵੈੱਲ ਲਾ ਸਕਦਾ? ਹਰ ਸਾਲ ਡੂੰਘਾ ਵੀ ਹੁੰਦਾ ਜਾ ਡੂੰਘਾ ਰਿਹਾ ਔਰ ਉਸ ਪਾਸੇ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਇਹਨੂੰ ਬਹੁਤ ਜ਼ੋਰ ਨਾਲ ਕਹਿ ਰਹੀ ਹੈ ਸੈਂਟਰ ਦੀ ਸਰਕਾਰ ਕਿ ਡਾਈਵਰਸੀਫਿਕੇਸ਼ਨ ਕਰੋ। ਡਾਈਵਰਸੀਫਿਕੇਸ਼ਨ ਤਾਂ ਹੋਵੇ ਜੇ ਦੂਸਰੀਆਂ ਫਸਲਾਂ ਦਾ ਮੁੱਲ ਮਿਲੇ ਔਰ ਉਹਦਾ MSP ਕੋਈ ਨਹੀਂ। ਤੁਸੀਂ ਅਸੀਂ ਕੋਈ ਇਹ ਨਹੀਂ ਹੈ ਕਿ ਕਿਸਾਨ ਵੀ ਬੜਾ ਖੁਸ਼ੀ ਨਾਲ ਝੋਨਾ ਬੀਜਦਾ, ਉਹਦੀ ਮਜਬੂਰੀ ਹੈ ਵੀ ਉਹਨੂੰ ਪੱਕਾ ਪਤਾ ਵੀ ਇਹਦੇ 'ਚੋਂ ਕੁਛ ਤਾਂ ਮਿਲੂਗੀ। ਓਕੇ, ਅਤੇ ਹੋਰ ਜਿਹੜਾ ਫਸਲ ਬੀਜੂਗਾ, ਆਲੂ ਬੀਜ ਲਏ ਉਹਦੀ ਤਬਾਹ ਹੋ ਜਾਂਦੇ, ਕੋਈ ਹੋਰ ਸਬਜ਼ੀਆਂ ਬੀਜ ਲਈਆਂ, ਕੋਈ ਹੋਰ ਸੀ ਦਾਲਾਂ ਬੀਜ ਲਈਆਂ, ਦਾਲਾਂ ਦਾ ਰੇਟ ਕਿਸਾਨ ਕੋਲ ਉਹਦੇ ਹੇਠ ਆ ਜਾਂਦਾ। ਬਦਲ ਕੋਈ ਨਹੀਂ, ਉਹਦਾ ਬਦਲ ਹੋਣਾ ਚਾਹੀਦਾ ਔਰ ਇਹ ਪਾਣੀ ਬਚਾਉਣਾ ਹਰ ਹਾਲਤ ਜ਼ਰੂਰੀ ਹੈ, ਇਹਦੇ 'ਚ ਧਿਆਨ ਦੇਣ ਦੀ ਜ਼ਰੂਰਤ। ਓਕੇ ਡਾਕਟਰ ਸਾਹਿਬ, ਬੜਾ ਇੰਪੋਰਟੈਂਟ ਇਸ਼ੂ ਇਸ ਮੁੱਦੇ 'ਤੇ, ਤੁਹਾਡੀ ਕੀ ਰਾਏ? ਦੇਖੋ, ਜਿਹੜੇ ਇਹਦੇ ਮਤਲਬ ਫੈਕਟ ਨੇ ਉਹ ਤਾਂ ਇਹ ਹੈ ਕਿ ਪੰਜਾਬ ਦੇ 3-4 ਤੋਂ ਵੱਧ ਵਿਕਾਸ ਬਲਾਕਾਂ 'ਚ ਪਾਣੀ ਖਤਰੇ ਵਾਲੀ ਥੱਲੇ ਜਾ ਰਹੀ ਹੈ ਅਤੇ ਪੀਣ ਵਾਲਾ ਪਾਣੀ ਸਾਡੇ ਕੋਲ ਕਿਤੇ ਵੀ ਨਹੀਂ ਬਚਿਆ ਵਧੀਆ, ਉਹ RO ਦਾ ਪੀਣੇ ਦਾ ਠੀਕ ਪਾਣੀ ਹੈ ਡਾਕਟਰ ਸਾਹਿਬ, ਉੱਥੇ ਵੀ ਉਹ ਪਾਣੀ ਜਿਹੜਾ ਹੈਗਾ ਇਹਦੀ ਬੈਕਗਰਾਊਂਡ ਹੈ। ਜਦੋਂ ਦੇਸ਼ ਭੁੱਖਾ ਮਰ ਰਿਹਾ ਸੀ, ਅਸੀਂ PL 480 ਥੱਲੇ ਬਾਹਰੋਂ ਅਨਾਜ ਮੰਗਵਾ ਰਹੇ ਸੀ ਅਮਰੀਕਾ ਤੋਂ, ਉਸ ਮੌਕੇ ਸਭ ਤੋਂ ਪਹਿਲਾਂ ਨਵੀਂ ਟੈਕਨੋਲੋਜੀ ਪੰਜਾਬ, ਹਰਿਆਣਾ, ਵੈਸਟਰਨ ਉੱਤਰ ਪ੍ਰਦੇਸ਼ ਸ਼ੁਰੂ ਹੋਈ, ਸਭ ਤੋਂ ਪਹਿਲਾਂ ਪੰਜਾਬ 'ਚ ਅਤੇ ਪੰਜਾਬ ਦੀ ਜਿਹੜੀ ਪੰਜਾਬ ਦੀ ਪ੍ਰੋਡਕਸ਼ਨ ਸੀ ਉਹ ਇੰਨੀ ਜ਼ਿਆਦਾ ਸੀ ਪ੍ਰੋਡਕਸ਼ਨ ਅਤੇ ਪ੍ਰੋਡਕਟਿਵਿਟੀ ਕਿ ਦੇਸ਼ ਨੂੰ ਉੱਥੋਂ ਬਾਹਰੋਂ ਅਨਾਜ ਮੰਗਵਾਉਣ ਤੋਂ ਹਟ ਗਿਆ ਸਿਰਫ ਇੱਕ ਫਸਲ 'ਚ, ਕਣਕ 'ਚ। ਜਦ ਦੇਖਿਆ ਗਿਆ ਕਿ ਪੰਜਾਬ ਨੇ ਇੰਨੀ ਵੱਡੀ ਕੰਟਰੀਬਿਊਸ਼ਨ ਕੀਤੀ ਹੈ, ਉਸ ਤੋਂ ਬਾਅਦ 1973 ਦੇ ਵਿੱਚ ਪੰਜਾਬ ਨੇ ਸੈਂਟਰ ਗੌਰਮੈਂਟ ਨੇ ਐਗਰੀਕਲਚਰ ਪ੍ਰਾਈਸ ਪੋਲਿਸੀ ਥਰੂ ਸਾਨੂੰ ਸਾਉਣੀ ਦੇ ਵਿੱਚ ਜਿਹੜਾ ਹੈਗਾ ਧਾਨ ਦੀ ਫਸਲ ਦੇ ਤੀ ਜੀ, ਕਿ ਸਾਉਣੀ ਦੀਆਂ ਜਿੰਨੀਆਂ ਫਸਲਾਂ ਨੇ ਉਹ 'ਚੋਂ ਮੁਕਾਬਲਤਨ ਕੰਪੈਰੇਟਿਵਲੀ ਇਹਦੀ ਪ੍ਰਾਈਸ ਵੱਧ ਰੱਖੀ ਹੈ, ਉਹ ਅੱਜ ਵੀ ਹੈਗੀ। ਇਸ ਕਰਕੇ ਸਾਡਾ ਫਾਰਮਰ ਨਾ ਚਾਹੁੰਦਾ ਵੀ ਇੱਧਰ ਜਾਂਦਾ ਅਤੇ ਨਾਲੇ ਗਾਲਾਂ ਖਾਂਦਾ ਸਮਾਜ ਵੱਲੋਂ, ਸਰਕਾਰਾਂ ਵੱਲੋਂ,
ਕਿ ਪੈਡੀ ਦੀ ਜਿਹੜੀ ਪਰਾਲੀ ਹੈ ਉਹਨੂੰ ਅੱਗ ਲਾ ਰਿਹਾ, ਧੂੰਆਂ ਕਰ ਰਿਹਾ, ਉਹ ਬੇਕੂਫ਼ ਵੀ ਕਰਦਾ। ਜਿਹੜੀ ਗੱਲ ਹੈ ਹੁਣ ਉਹ ਰੌਲਾ ਹੈਗਾ ਕਿ ਪਾਣੀ ਥੱਲੇ ਚਲੇ ਗਿਆ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਇਹਦੇ ਲਈ ਤਾਂ ਸੈਂਟਰ ਗੌਰਮੈਂਟ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ ਕਿ ਸਾਨੂੰ ਫਸਲ ਉਹਦੀ ਜਿਹੜੀ ਉਹਦੀ ਕੰਪੀਟਿੰਗ ਕਰੋਪਸ ਹੈ, ਜਿਵੇਂ ਢੀਂਡ ਸਾਹਿਬ ਨੇ ਕਿਹਾ ਉਹ ਸਾਨੂੰ ਉਹਦੀ ਪ੍ਰਾਈਸ ਦਿੰਦੇ ਰਹੇ, ਪ੍ਰੋਡਕਸ਼ਨ ਸਰਟਨਟੀ ਅਤੇ ਪ੍ਰਾਈਸ ਸਰਟਨਟੀ, ਦੋਨੇ ਜੁੜੀਆਂ ਨੇ। ਉਹ ਦੋਨੇ ਗੱਲਾਂ ਜਿਹੜੀ ਕਰੋਪ 'ਚ ਸਾਡੇ ਟ੍ਰੈਡੀਸ਼ਨਲ ਮੱਕੀ ਦੀ ਕਰੋਪ ਹੈ, ਪੰਜਾਬ ਨੂੰ ਦੇਣ, ਪੰਜਾਬ ਤਾਂ ਮਤਲਬ ਸੌਖਾ ਰਹੂਗਾ, ਸਾਡਾ ਪਾਣੀ ਬਚੂਗਾ। ਜਿਹੜਾ ਪਾਣੀ ਹੈ, ਇੱਕ ਤਾਂ ਜਿਹੜੀ ਗੱਲ ਤੁਸੀਂ ਕਹੀ ਹੈ ਕਿਸਾਨ ਮੋਨੋਬਲਾਗ ਮੋਟਰਾਂ ਤੋਂ ਸਮਰਸੀਬਲ ਮੋਟਰਾਂ ਦੇ ਆ ਰਿਹਾ, ਉਹਨੂੰ ਵਾਰ ਵਾਰ ਬੋਰ ਕਰਨੇ ਪੈ ਰਹੇ ਨੇ, ਲੱਖਾਂ ਰੁਪਈਏ ਦਾ ਕਰਜ਼ਾ ਚੱਕਣਾ ਪੈ ਰਿਹਾ। ਦੂਜੀ ਗੱਲ, ਜਿੰਨੀ ਪੰਜਾਬ ਸਰਕਾਰ ਮੁਫ਼ਤ ਬਿਜਲੀ ਦਿੰਦੀ ਹੈ ਉਹਦੇ ਨਾਲ ਪੈਡੀ ਦੀ ਫਸਲ ਪਾਲੀ ਨਹੀਂ ਜਾ ਸਕਦੀ, ਉਹਦੇ ਲਈ ਉਹ ਆਪਦੀਆਂ ਜਨਰੇਟਰ ਚਲਾਉਂਦੇ ਨੇ, ਉਹਦੇ ਖਰਚਾ, ਅਤੇ ਪੰਜਾਬ ਸਰਕਾਰ ਨੂੰ ਜਿਹੜੀ ਮੁਫ਼ਤ ਬਿਜਲੀ ਉਹਦਾ ਖਰਚਾ, ਅਤੇ ਫਾਇਦਾ ਕਿਹਨੂੰ ਜਾਂਦਾ? ਸੈਂਟਰ ਗੌਰਮੈਂਟ ਨੂੰ, ਸੈਂਟਰ ਪੂਲ ਆਫ ਫੂਡ ਗ੍ਰੇਨਸ ਨੂੰ। ਇਸ ਲਈ ਸਾਉਣੀ ਦੇ ਵਿੱਚ ਨਖਰੇ ਨਾਲ ਫਸਲ ਚੁੱਕੀ ਜਾਂਦੀ ਹੈ, ਉਹ ਤਾਂ ਜਿਹੜਾ ਹੈਗਾ ਹੁਣ ਜਿਹੜੀ ਹੁਣ ਦੀ ਗੌਰਮੈਂਟ ਹੈ ਇਹ 'ਚ ਜਿਹੜੀ ਮਤਲਬ ਸ਼ਾਂਤਾ ਰਾਮ ਕਮੇਟੀ ਹੈ ਉਹਨੇ ਮਤਲਬ ਜਿਹੜੀ ਰਿਕਮੈਂਡੇਸ਼ਨ ਦਿੱਤੀ ਹੈ, ਜਿਹਨੂੰ ਮੰਨਣ ਦੇ ਕਾਫੀ ਅਨੁਸਾਰ ਨੇ ਕਿ ਸਰਕਾਰ ਤੋਂ ਉੱਥੋਂ ਪਿੱਛੇ ਹਟਣਾ ਚਾਹੁੰਦੀ ਹੈ। ਜੇ ਸਰਕਾਰ ਪਿੱਛੇ ਹਟ ਗਈ ਤਾਂ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ, ਮੁੜ ਕੇ ਸਾਨੂੰ ਫਿਰ ਬਾਹਰਲੇ ਦੇਸ਼ਾਂ ਅੱਗੇ ਚੁੱਕਾ ਫੜਨਾ ਪਊਗਾ। ਇਸ ਲਈ ਕਿਸਾਨੀ ਨੂੰ ਬਚਾਵਾਂਗੇ, ਦੇਸ਼ ਬਚੂਗਾ, ਅਨਾਜ ਸੁਰੱਖਿਆ ਹੋਊਗੀ, ਅਤੇ ਅਸੀਂ ਅੱਗੇ ਜਾਵਾਂਗੇ। ਓਕੇ, ਉਹ ਤਾਂ ਇੰਪਲੀਮੈਂਟ ਸ਼ਾਇਦ ਨਹੀਂ ਕਰਨਗੇ, ਕਿਉਂਕਿ ਮੇਰਾ ਸਵਾਲ ਸੀ ਪਾਰਲੀਮੈਂਟ 'ਚ, ਉਹਨਾਂ ਨੇ ਕਿਹਾ ਨਹੀਂ ਅਸੀਂ MSP ਖਤਮ ਨਹੀਂ ਕਰ ਰਹੇ, ਕਿਉਂਕਿ ਮੇਰਾ ਸਵਾਲ ਹੀ ਇਹੀ ਸੀ ਕਿ ਸ਼ਾਂਤਾ ਕੁਮਾਰ ਕਮੇਟੀ ਨੇ ਕਿਹਾ ਕਿ MSP ਰਜੀਮ ਖਤਮ ਕਰੋ, ਕੀ ਸਰਕਾਰ ਕਰ ਰਹੀ ਹੈ? ਉਹਨਾਂ ਨੇ ਕਿਹਾ ਨਹੀਂ, ਬਿਲਕੁਲ ਨਹੀਂ ਕਰ ਰਹੇ, MSP ਜਾਰੀ ਰਹੇਗਾ ਅਗਲੇ ਸਾਲ ਤੋਂ, ਅੱਗੇ ਸਾਲ ਤੋਂ। MSP ਦੇ ਦੂਜੀ ਪ੍ਰੋਕਿਓਰਮੈਂਟ ਦੀ, ਪ੍ਰੋਕਿਓਰਮੈਂਟ ਵੀ ਹੈ, ਪ੍ਰੋਕਿਓਰਮੈਂਟ ਵੀ ਹੱਥ ਪਿੱਛੇ, ਨਹੀਂ ਪ੍ਰੋਕਿਓਰਮੈਂਟ ਵੀ ਉਹਨਾਂ ਨੇ ਕਿਹਾ ਵੀ ਪ੍ਰੋਕਿਓਰਮੈਂਟ ਵੀ ਕਰਾਂਗੇ। ਅਗਰ ਉਹਦੀ ਸ਼ਾਂਤਾ ਕੁਮਾਰ ਦੀ ਰਿਪੋਰਟ ਮੰਨ ਲਈ ਜਾਂਦੀ ਹੈ ਤਾਂ ਪੰਜਾਬ ਦਾ ਕਿਸਾਨ ਤਾਂ ਰੁੜ ਜਾਏਗਾ, ਕੋਈ ਅਲਟਰਨੇਟਿਵ ਕੋਈ ਨਹੀਂ, ਇਕੱਲਾ ਪੰਜਾਬ ਦਾ ਨਹੀਂ, ਹਰਿਆਣੇ ਦਾ ਵੀ ਰੁੜ ਜੂ, ਸਾਰੇ ਜਿੱਥੇ ਅਸਲੀ ਫਸਲ ਹੁੰਦੀ ਹੈ, ਜਿੱਥੇ ਅਸਲੀ ਅਨਾਜ ਹੁੰਦਾ ਤਾਂ ਸਾਰੀ ਤਬਾਹ ਹੋ ਜਾਏਗਾ। ਓਕੇ ਪਵੀ ਸਰ, ਜਿੱਦਾਂ ਡਾਕਟਰ ਸਾਹਿਬ ਨੇ ਵੀ ਕਿਹਾ, ਢੀਂਡ ਸਾਹਿਬ ਦੀ ਵੀ ਰਿਹਾ ਕਿ ਜਦੋਂ ਪਾਣੀ ਦੀ ਆਪਾਂ ਸਮੱਸਿਆ ਦੀ ਗੱਲ ਕਰਦੇ ਹਾਂ ਕਿ ਪੰਜਾਬ ਨੇ ਦੇਸ਼ ਲਈ ਪੈਦਾ ਕੀਤਾ, ਆਪਣਾ ਪਾਣੀ ਵੀ ਜਿਹੜਾ ਹੈਗਾ ਧਰਤੀ ਹੇਠੋਂ ਖਤਮ ਕੀਤਾ, ਆਪਣੀ ਐਨਰਜੀ ਵੀ ਲਾਈ, ਔਰ ਸਾਰੇ ਦੇਸ਼ ਤੋਂ ਗਾਲਾਂ ਵੀ ਖਾਧੀਆਂ, ਔਰ ਉਹਨਾਂ ਨੂੰ ਕੋਈ ਫਸਲ ਨੂੰ ਚੁੱਕਣ ਲਈ ਵੀ ਤਿਆਰ ਨਹੀਂ ਹੈ, ਇਹ ਜਿਹੜੀ ਨੀਤੀ ਹੈ ਇਹਦੇ ਬਾਰੇ ਤੁਹਾਡੇ ਕੀ ਕਮੈਂਟ ਨੇ? ਨਹੀਂ, ਬਿਲਕੁਲ ਸਹੀ ਗੱਲ ਹੈ ਕਿ ਪੰਜਾਬ ਨੇ ਇੰਨੇ ਸੈਕਰੀਫਾਈਸ ਕੀਤੇ, ਇੱਥੇ ਲੋਕਾਂ ਨੇ ਸੈਕਰੀਫਾਈਸ ਵੀ ਕੀਤੇ, ਔਰ ਦੇਸ਼ ਨੂੰ ਇੰਨਾ ਖੁਸ਼ਹਾਲ ਬਣਾਇਆ, ਇੰਨੀ ਪ੍ਰੋਡਕਸ਼ਨ ਵਧਾਈ ਹੈ, ਔਰ ਆਪਣਾ ਪਾਣੀ ਜਿਹੜਾ ਉਹ ਇੰਨਾ ਯੂਟੀਲਾਈਜ਼ ਹੋਇਆ, ਜਿੱਦਾਂ ਇਹਨਾਂ ਨੇ ਕਿਹਾ ਕਿ ਪਾਣੀ ਦਾ ਲੈਵਲ ਇੰਨਾ ਘੱਟ ਹੋ ਗਿਆ ਜਾਂ ਉਹ ਦੂਸ਼ਿਤ ਹੋ ਗਿਆ, ਅਤੇ ਇਹ ਸਾਰੀ ਜਿਹੜੀ ਚੀਜ਼ਾਂ ਉਹਦਾ ਮੁਆਵਜ਼ਾ ਜਿਹੜਾ ਹੈ ਜਿਹੜੇ ਇੱਥੇ ਦੇ ਪਿੰਡਾਂ ਦੇ ਕਿਸਾਨ ਹੈ ਉਹਨਾਂ ਨੂੰ ਉਹਨਾਂ ਨਹੀਂ ਮਿਲਿਆ, ਬਲਕਿ ਉੱਪਰੋਂ ਉਹਨਾਂ ਨੂੰ ਇਹੀ ਕਿਹਾ ਜਾ ਰਿਹਾ ਕਿ ਤੁਹਾਡੀ ਇਹ ਸਬਸਿਡੀ ਵੀ ਲੈ ਲੈਣੀ ਹੈ, ਤੁਹਾਡਾ ਇਹ ਵੀ ਘੱਟ ਕਰ ਦਿੰਦੇ ਹਾਂ। ਇੱਕ ਛੋਟੀ ਜਿਹੀ ਗੱਲ ਐਡ ਕਰਨਾ ਚਾਹੁੰਦਾ, ਪਾਣੀ ਨੈਚੁਰਲ ਰਿਸੋਰਸ ਹੈ, ਬਾਹਰਲੀਆਂ ਸਟੇਟਾਂ ਜਿੱਥੇ ਨੈਚੁਰਲ ਰਿਸੋਰਸ ਐਕਸਟ੍ਰੈਕਟ ਕੀਤਾ ਜਾਂਦਾ ਜਿਵੇਂ ਕੋਲ ਹੈ ਜਾਂ ਮਾਰਬਲ ਹੈ, ਉੱਥੇ ਰੋਇਲਟੀ ਸਟੇਟ ਨੂੰ ਦਿੱਤੀ ਜਾਂਦੀ ਹੈ, ਸਾਡਾ ਪਾਣੀ ਵੀ ਲਿਆ ਜਾਂਦਾ, ਸਾਨੂੰ ਝੰਬਿਆ ਵੀ ਜਾਂਦਾ ਪੰਜਾਬ ਨੂੰ, ਤਾਂ ਹੀ ਸਾਡਾ ਦੂਰ ਦੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬੜੀਆਂ ਲੰਬੀਆਂ ਲੜਾਈਆਂ, ਹੁਣ ਵੀ ਲੜ ਰਹੇ, ਹੁਣ ਵੀ ਪੰਜਾਬ ਦਾ ਹੱਕ ਤਾਂ ਪੰਜਾਬ ਨੂੰ ਮਿਲ ਨਹੀਂ ਰਿਹਾ, ਹੁਣ ਵੀ ਪੂਰੇ ਲੜ ਰਹੇ ਹਾਂ ਜੀ, ਉੱਥੇ ਸਾਡੀ ਲੜਾਈ ਜਾਰੀ ਹੈ, ਉਹਦੀ ਲੜਾਈ ਤਾਂ ਜਾਰੀ ਰਹੇਗੀ ਹਮੇਸ਼ਾ ਪੰਜਾਬ ਨੂੰ ਬਚਾਉਣ ਦੇ ਲਈ। ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸੈਂਟਰ ਦੀਆਂ ਜਿਹੜੀਆਂ ਸਕੀਮਾਂ ਹੈਗੀਆਂ ਜਾਂ ਜਿੱਦਾਂ ਆਪਾਂ ਬੀਜ ਨੇ ਕਿਹਾ ਵੀ ਉਹਦੇ ਕਰਕੇ ਜੋ ਇੰਪੈਕਟ ਪੰਜਾਬ ਦੇ ਉੱਤੇ ਪੈ ਰਿਹਾ, ਇਹ ਵੀ ਗੱਲ ਜਿਹੜੀ ਹੈਗੀ ਆ ਪਿਛਲੇ ਦਿਨਾਂ ਜਿਹੜੀ ਰਿਪੋਰਟਸ ਆਈਆਂ ਉੱਭਰ ਕੇ ਵੀ ਸੈਂਟਰ ਨੇ ਜਿਹੜੀਆਂ ਜੋ ਡਿਫਰੈਂਟ ਸਕੀਮਾਂ ਸੀਗੀਆਂ ਉਹ 72 ਤੋਂ ਘਟਾ ਕੇ 30 'ਤੇ ਲਿਆਂਦੀਆਂ, ਜਿਹਨਾਂ ਦੇ ਵਿੱਚ ਉਹਨਾਂ ਨੂੰ ਸਟੇਟਸ ਨੂੰ ਜਿਹੜੇ ਫਾਇਦੇ ਮਿਲਣੇ ਸੀ ਹੋਰ ਮਿਲਣੇ ਸੀ ਉਹ ਸਕੀਮਾਂ ਦੇ ਰਾਹੀਂ ਜਿਹੜਾ। ਇਹ ਨਹੀਂ ਲੱਗਦਾ ਕਿ ਉਹਦੇ ਨਾਲ ਓਵਰਆਲ ਹੀ ਜਿਹੜਾ ਹੈਗਾ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਬੜਾ ਸੀਮਿਤ ਹੋ ਕੇ ਰਹਿ ਜਾਏਗਾ, ਸਾਰੀਆਂ ਸਕੀਮਾਂ ਦੇ ਉੱਤੇ ਇਹ ਸਾਰੇ ਪ੍ਰੋਗਰਾਮਾਂ 'ਤੇ ਇਫੈਕਟ ਪਏਗਾ? ਇਹਦਾ ਅਕਾਲੀ ਦਲ ਨੇ ਇੱਕ ਵਧੀਆ ਲੜਾਈ ਲੜੀ ਸੀ ਫੈਡਰਲਿਜ਼ਮ ਦੀ ਅਨੰਦਪੁਰ ਸਾਹਿਬ ਵਾਲਾ ਮਤਾ, ਪਰ ਹੁਣ ਜਿਹੜਾ ਹੋ ਰਿਹਾ ਪਿਛਲੇ ਲੰਬੇ ਟਾਈਮ ਤੋਂ ਹੁਣ ਖਾਸ ਕਰਕੇ ਇਸ ਰਜੀਮ 'ਚ ਉਹ ਹੈ ਕਿ ਸੈਂਟਰਲਾਈਜੇਸ਼ਨ ਆਫ ਪਾਵਰਸ ਕਿਹਾ ਜਾ ਰਿਹਾ, ਕੋਆਪਰੇਟਿਵ ਫੈਡਰਲਿਜ਼ਮ, ਪਰ ਇਹ ਕੋਆਪਰੇਟਿਵ ਫੈਡਰਲਿਜ਼ਮ ਨਹੀਂ, ਸਕੀਮਾਂ ਘਟਾਤੀਆਂ, ਸਕੀਮਾਂ ਘਟਾ ਕੇ ਪੈਸਾ ਘਟਾਤਾ ਤੇ ਪਲੈਨਿੰਗ ਕਮਿਸ਼ਨ ਤੋੜਿਆ ਗਿਆ, ਇਸ ਲਈ ਕਿ ਅਸੀਂ ਰਾਜਾਂ ਨੂੰ ਵੱਧ ਅਧਿਕਾਰ ਦੇਣੇ ਨੇ ਹੈਗਾ, ਇਸ ਲਈ ਸੈਂਟਰਲਾਈਜੇਸ਼ਨ ਹੋ ਰਿਹਾ, ਸਟੇਟਾਂ ਦਾ ਹਿੱਸਾ ਨਹੀਂ ਵਧਣਾ, ਜੇ ਸਾਲ ਬਾਅਦ ਵੈਲਿਊਟ ਕਰ ਲਓ, ਇਹ ਤਾਂ ਜਿਹੜਾ ਸੱਪ ਲੰਬਾ ਗੋਹ ਚੌੜੀ ਵਜਨ ਉਹਨੇ ਦਾ ਹੁੰਦਾ, ਦੇਖੋ ਜਿਹੜੇ ਮਤਲਬ ਇਹ ਭੁਲੇਖੇ ਨੇ ਇਹਦੇ ਵਿੱਚ ਕੁਛ ਨਹੀਂ ਨਿਕਲਣਾ। ਪਲੈਨਿੰਗ ਕਮਿਸ਼ਨ ਦੀ ਤਾਂ ਸਾਡੀ ਵੀ ਸੀ ਕਿ ਇਹਨੂੰ ਨਹੀਂ, ਕਿਉਂਕਿ ਉਹ ਸਾਰਾ ਪਲੈਨਿੰਗ ਕਮਿਸ਼ਨ ਦੇ ਹੱਥ 'ਚ ਸੀਗਾ, ਹਾਂ ਕਿਸੇ ਨੂੰ ਕੁਛ ਦੇ ਦਿੰਦੇ ਸੀ, ਕਿਸੇ ਨੂੰ ਨਹੀਂ ਦਿੰਦੇ, ਹੁਣ ਘੱਟੋ ਘੱਟ ਇਹਦੇ ਸਾਰੇ ਚੀਫ ਮਿਨਿਸਟਰ ਤੋਂ ਉਹਦੇ ਮੈਂਬਰ ਨੇ ਜੀ ਜਿਹੜੀ ਨਵਾਂ ਰਜੀਮ ਬਣਾਇਆ। ਨੰਬਰ 2 ਦੇਖੋ, ਸਾਨੂੰ ਉਮੀਦ ਹੈ, ਅੱਜ ਵੀ ਉਮੀਦ ਹੈ, ਅਜੇ ਜਿਵੇਂ ਨੇ ਕਿਹਾ ਸਾਡੀ ਸਭ ਤੋਂ ਪਹਿਲਾਂ ਅਸੀਂ ਮੰਗਿਆ, ਹੁਣ ਸਾਰੀਆਂ ਤਕਰੀਬਨ ਰੀਜਨ ਪਾਰਟੀਆਂ ਸਾਡੇ ਵਾਲੇ ਇਸ਼ੂ 'ਤੇ ਨੇ ਕਿ ਰੀਅਲ ਫੈਡਰਲ ਸਿਸਟਮ ਹੋਣਾ ਚਾਹੀਦਾ, ਲੇਕਿਨ
ਪ੍ਰਧਾਨਮੰਤਰੀ ਆਪ ਚੀਫ ਮਿਨਿਸਟਰ ਰਹੇ ਲੰਮਾ ਸਮਾਂ ਜੀ ਜੀ ਉਹਨਾਂ ਨੂੰ ਤਕਲੀਫਾਂ ਦਾ ਪਤਾ ਸੀ ਉਹਨਾਂ ਨੇ ਕਿਹਾ ਵੀ ਮੈਂ ਇਸ ਨਾਲ ਸਹਿਮਤ ਹਾਂ ਔਰ ਮੈਂ ਹੌਲੀ ਹੌਲੀ ਇੱਦਾਂ ਦੇਖਾਂ ਦੇਖੋ ਪੈਸੇ ਵਾਲੀ ਤਾਂ ਗੱਲ ਉਹ ਮੰਨ ਗਏ ਕਿ ਉਹਨਾਂ ਨੇ 32% ਤੋਂ 42% ਸਟੇਟ ਦਾ ਹਿੱਸਾ ਬਣਾਤਾ ਜੀ ਜੀ ਔਰ ਹੌਲੀ ਹੌਲੀ ਅਸੀਂ ਚਾਹੁੰਦੇ ਹਾਂ ਇਹਨਾਂ ਦੀ ਗੱਲ ਠੀਕ ਹੈ ਕਿ ਬਾਕੀ ਵੀ ਜਿਹੜੀਆਂ ਤਾਕਤਾਂ ਨੇ ਜਿਹੜੀਆਂ ਉਹ ਵੀ ਸਟੇਟਾਂ ਨੂੰ ਦਿੱਤੀਆਂ ਜਾਣ ਜੀ ਜੀ ਹੁਣ ਪਤਾ ਨਹੀਂ ਸੈਂਟਰ ਚ ਹੁਣ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਦਾ ਕੋਈ ਚੇਂਜ ਹੋ ਜਾਏਗਾ ਲੇਕਿਨ ਉਹਨਾਂ ਦਾ ਮਾਇੰਡ ਇੱਕ ਵਾਰੀ ਇਹ ਸੀ ਕਿ ਹਾਂ ਫੈਡਰਲ ਸਿਸਟਮ ਹੋਣਾ ਚਾਹੀਦਾ ਜੇ ਪਿਛਲੇ 3 ਫਾਈਨੈਂਸ ਕਮਿਸ਼ਨ ਦੇਖਦੇ ਆ ਜਿਹੜੀਆਂ 15 ਮੇਜਰ ਸਟੇਟ ਦਾ ਡਾਟਾ ਅਵੇਲੇਬਲ ਹੈ ਰਿਗਾਰਡਿੰਗ ਡੈਵਲੂਸ਼ਨ ਆਫ ਸੈਂਟਰਲ ਫੰਡਸ ਅਤੇ ਪੰਜਾਬ ਥੱਲੇ ਵਾਲੀਆਂ 3 ਸਟੇਟਾਂ 'ਚ ਹੈ ਪਿਛਲੇ 3 ਫਾਈਨੈਂਸ ਕਮਿਸ਼ਨ 'ਚ ਜੇ ਤੁਸੀਂ 32% ਦੀ ਗੱਲ ਕਰਦੇ ਸੀ ਸਾਨੂੰ ਸਿਰਫ 15% ਮਿਲਦਾ ਸੀ ਅਤੇ ਹੁਣ ਜੇ 42% ਕਰਤਾ ਦੂਜੇ ਪਾਸੋਂ ਸਕੀਮਾਂ ਕੱਟ ਕਰਦੀਆਂ ਅਤੇ ਅਖੀਰ 'ਤੇ ਸਾਲ ਦੇ ਬਾਅਦ ਜੇ ਅਵੇਲੇਸ਼ਨ ਉਹ ਮੈਨੂੰ ਇਹ ਲੱਗਦਾ ਕਿ ਸਾਨੂੰ ਉਹ 32% ਵੀ ਨਹੀਂ ਮਿਲਣਾ ਅਤੇ ਪੰਜਾਬ ਨਾਲ ਤਾਂ ਪਹਿਲਾਂ ਹੀ ਮਤਰੇਈ ਮਾਂ ਵਾਲਾ ਸਲੋਕ ਹੁੰਦਾ ਜਦੋਂ ਉਹ ਤਾਂ ਆਈ ਐਗਰੀ ਵਿਦ ਯੂ ਪਰ ਲੇਕਿਨ ਸਟੇਟਾਂ ਨੂੰ ਬਹੁਤ ਇਹਦੇ ਨਾਲ ਫਾਇਦਾ ਵੀ ਹੋਇਆ ਉਹ ਟਿੰਨ ਸਾਹਿਬ ਜਿਹੜਾ ਹੈਗਾ ਤੋਂ ਜ਼ਿਆਦਾ ਆਸ ਕਰਦੇ ਹਾਂ ਕਿ ਤੁਸੀਂ ਕੁਛ ਲਿਆ ਕੇ ਦਿਓਗੇ ਪੰਜਾਬ ਨੂੰ ਪਰ ਲੱਗਦਾ ਨਹੀਂ ਕਿ ਮਿਲੂਗਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਪੇਂਡੂ ਆਰਥਿਕਤਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਿਗਾਰ ਹੈ ਉਹਦੀ 2 ਪੜਾਵੀ ਚਰਚਾ ਕੀਤੀ ਹੈ ਇਸ 2 ਪੜਾਵੀ ਚਰਚਾ ਦੇ ਵਿੱਚ ਜਿਹੜੀ ਗੱਲ ਉੱਭਰ ਕੇ ਸਾਡੇ ਸਾਹਮਣੇ ਆਈ ਹੈ ਕੋਈ ਪੇਂਡੂ ਆਰਥਿਕਤਾ ਦੇ ਜਿਹੜਾ ਸੁਧਾਰ ਲਿਆਉਣ ਦੇ ਲਈ ਮੋਦੀ ਸਰਕਾਰ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ ਇਹ ਵੀ ਗੱਲ ਸਹੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੋਨਾਂ ਵੱਲੋਂ ਅਗਰ ਮਿਲ ਕੇ ਕੋਈ ਠੋਸ ਉਪਰਾਲੇ ਕੀਤੇ ਜਾਣ ਤਾਂ ਇਸ ਦੇ ਸਾਰਥਕ ਸਿੱਟੇ ਸਾਹਮਣੇ ਆ ਸਕਦੇ ਹੈ ਇਸ ਵੇਲੇ ਜਿਹੜੀਆਂ ਮੌਜੂਦਾ ਪ੍ਰਸਥਿਤੀਆਂ ਜੇ ਕੋਈ ਗੱਲ ਕਰੇ ਖੁਸ਼ਹਾਲ ਭਾਰਤ ਦੀ ਜਾਂ ਕਿਸੇ ਖੁਸ਼ਹਾਲ ਸੂਬੇ ਦੀ ਤਾਂ ਕਿਸੇ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਦੇ ਲਈ ਕਿਸੇ ਪੋਲੀਟੀਕਲ ਪਾਰਟੀ ਵੱਲੋਂ ਵੋਟਾਂ ਹਾਸਲ ਕਰਨ ਲਈ ਦਿੱਤੀ ਹੋਈ ਐਡ ਤਾਂ ਹੋ ਸਕਦੀ ਹੈ ਪਰ ਇਹ ਗੱਲ ਸੱਚਾਈ ਤੋਂ ਕੋਹਾਂ ਦੂਰ ਹੈ ਹਿੰਦੁਸਤਾਨ ਦੇ ਦਿਹਾਤੀ ਖੇਤਰ ਨੂੰ ਖੁਸ਼ਹਾਲ ਬਣਾਉਣ ਲਈ ਅਜੇ ਸਾਨੂੰ ਲੰਬਾ ਸਫ਼ਰ ਤੈਅ ਕਰਨਾ ਪਏਗਾ ਇਹਨਾਂ 3 ਮੁੱਦਿਆਂ 'ਤੇ ਸ਼ਾਮਿਲ ਹੋਣ ਦੇ ਲਈ ਮੈਂ ਆਪਣੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਸਾਡੇ ਇਸ 2 ਪੜਾਵੀ ਚਰਚਾ 'ਚ ਕਿਸੇ ਵੀ ਸੁਝਾਅ ਜਾਂ ਕਿਸੇ ਵੀ ਪ੍ਰੋਗਰਾਮ ਬਾਰੇ ਆਪਣੀ ਰਾਏ ਦੇਣ ਦੇ ਲਈ ਸਾਡੇ ਪ੍ਰੋਗਰਾਮ ਦਾ ਪਤਾ ਜਗਤਾਰ ਸਿੱਧੂ @ globalpunjabtv.com